ਫਰੀਦਕੋਟ ਤੋਂ ਸ਼ਹੀਦ ਭਗਤ ਸਿੰਘ ਪਾਰਕ ਵਿੱਚ ਬਾਬਾ ਮਨਪ੍ਰੀਤ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 26 ਨਵੰਬਰ ਨੂੰ ਬਠਿੰਡਾ ਤੋਂ ਕਾਫਲਾ ਚੱਲੇਗਾ ਬਾਈਬਲ ਕਲਾਂ ਤੱਕ, ਜਿਸ ਦਾ ਮਕਸਦ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣਾ ਅਤੇ ਬੰਦੀ ਸਿੰਘਾਂ ਨੂੰ ਰਿਹਾਅ ਕਰਾਉਣਾ ਹੋਵੇਗਾ। ਇਸ 'ਤੇ ਬੋਲਦਿਆਂ ਬਾਬਾ ਮਨਪ੍ਰੀਤ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ, ਜੋ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਬੰਦੀ ਸਿੰਘ ਨੇ ਸਾਡੇ, ਉਹਨਾਂ ਨੂੰ ਰਿਹਾਅ ਨਹੀਂ ਕੀਤਾ ਗਿਆ। ਅਸੀਂ ਕਈ ਸਾਲਾਂ ਤੋਂ ਰੋਸ ਮੁਜ਼ਾਹਰੇ ਕਰ ਰਹੇ ਹਾਂ ਔਰ ਧਰਨੇ ਲਾ ਲਾ ਕੇ ਵੀ ਵੇਖ ਲਿਆ, ਸਰਕਾਰ ਨੂੰ ਚੇਤਾਵਨੀਆਂ ਵੀ ਦਿੱਤੀਆਂ, ਪਰ ਹਜੇ ਤੱਕ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਗਿਆ। ਅਤੇ 2015 ਤੋਂ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪਾਂ ਦੀ ਬੇਅਦਬੀ ਕਰਵਾਈ ਔਰ ਉਸ ਤੋਂ ਬਾਅਦ ਬੇਅਦਬੀ ਰੁਕਣ ਦੀ ਬਜਾਏ ਸਰਕਾਰਾਂ ਨੂੰ ਚਾਹੀਦਾ ਸੀ ਬੇਅਦਬੀ ਰੁਕਦੀ। ਸੋ ਬੰਦੀ ਸਿੰਘਾਂ ਦੀ ਰਿਹਾਈ ਲਈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਉਹਨਾਂ ਨੂੰ ਸਜ਼ਾਵਾਂ ਦਿਵਾਉਣ ਵਾਸਤੇ ਯੂਨਾਈਟਡ ਅਕਾਲੀ ਦਲ ਸਰਦਾਰ ਗੁਰਦੀਪ ਸਿੰਘ ਜੀ ਬਠਿੰਡਾ, ਉਹਨਾਂ ਦੀ ਅਗਵਾਈ ਵਿੱਚ ਜਿਹੜੇ ਕਾਫਲੇ ਰੱਖੇ ਗਏ ਆ, ਜਿਹਦੇ ਵਿੱਚ ਸਿੱਖ ਸੰਗਤਾਂ ਵੱਡੇ ਕਾਫਲੇ ਵਿੱਚ ਸੰਗਤਾਂ ਨੂੰ ਪਿੰਡਾਂ ਵਿੱਚ ਪਹੁੰਚ ਕੇ ਅਸੀਂ ਲੋਕਾਂ ਨੂੰ ਜਾਗਰੂਕ ਕਰਾ ਰਹੇ ਹਾਂ। 26 ਨਵੰਬਰ ਨੂੰ ਬਠਿੰਡੇ ਤੋਂ ਜੋ ਬਹਿਬਲ ਕਲਾਂ ਤੱਕ ਪਿੰਡਾਂ ਵਿੱਚ ਦੀ ਹੁੰਦੇ ਹੋਏ ਵੱਡੇ ਕਾਫਲੇ ਦੇ ਵਿੱਚ ਇੱਥੇ ਪਹੁੰਚ ਰਹੇ ਹਾਂ, ਉਹਦੇ ਲਈ ਅੱਜ ਅਸੀਂ ਪ੍ਰੈਸ ਕਾਨਫਰੰਸ ਬੁਲਾਈ ਹੈ ਜੀ। ਫਰੀਦਕੋਟ ਵੀ ਕੀਤਾ ਜਾ ਰਿਹਾ ਜੀ? ਹਾਂਜੀ, ਇਸ ਤੋਂ ਬਾਅਦ ਜਿਹੜਾ ਫਰੀਦਕੋਟ, ਅਸੀਂ ਸਾਰੇ ਸ਼ਹਿਰ ਦਾ ਰੋਸ ਮਾਰਚ ਜਿਹੜਾ ਕਾਫਲਾ ਰੱਖਾਂਗੇ, ਪੰਜਾਬ ਕੇਸਰੀ ਮਾਰਚ, ਜਿਹਦੇ ਵਿੱਚ ਅਸੀਂ 4-5 ਥਾਂ 'ਤੇ ਸਟੇ ਕਰਾਂਗੇ। ਸਾਡੇ ਨਾਲ ਜਿਹੜੇ ਭਾਈ ਬਲਵਿੰਦਰ ਸਿੰਘ ਜੀ ਪ੍ਰਵਾਨਾ ਢਾਡੀ ਜਥਾ, ਉਹ ਵੀ ਸ਼ਮੂਲੀਅਤ ਕਰਨਗੇ ਔਰ ਸੰਗਤਾਂ ਨੂੰ ਸੁਚੇਤ ਕਰਾਂਗੇ ਵੀ ਮਾਨਵਤਾ ਦਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਸਾਰੇ ਧਰਮਾਂ ਦੀ ਸਾਂਝੀ ਬਾਣੀ ਹੈ, ਸਾਰਿਆਂ ਨੂੰ ਉਪਦੇਸ਼ ਦੇਣ ਵਾਲੀ ਬਾਣੀ, ਅਤੇ ਗੁਰੂ ਨਾਲ ਜਿਹੜਾ ਇਹਨਾਂ ਨੇ ਦਗਾ ਕਮਾਇਆ, ਅਤੇ ਉਹਨਾਂ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਅਸੀਂ ਫਰੀਦਕੋਟ ਵਿੱਚ ਵੀ ਕਾਫਲਾ ਕੁਝ ਦਿਨਾਂ ਤੱਕ ਰੱਖਾਂਗੇ। ਕੀ ਕਾਰਨ ਮੰਨਦੇ ਹੋ?